ਉਹ ਤਾਂ ਕਹਿੰਦਾ ਮੈਨੂੰ ਐਂ ਕਿਹਾ ਉਹਨੇ ਕੇਜੀ ਨੂੰ ਤਾਂ ਮੈਂ ਆਪੇ ਸਾਹਮਣੇ ਚੱਲ ਚੱਲੀਏ ਕਹਿੰਦੀ 4 ਦਿਨ ਬਾਅਦ। ਮੈਂ ਤੈਨੂੰ ਕਿੰਨੇ ਵਾਰੀ ਜਿਤਾਤਾ ਵੀ ਮੈਂ ਤੇਰਾ ਕਿੰਨਾ ਕਰਦੀ ਹੈਗੀ, ਠੀਕ ਹੈ ਨਾ, ਦੋਨੇ ਤਰ੍ਹਾਂ ਦਾ ਪਿਆਰ ਕਰਦੀ ਹਾਂ ਤੈਨੂੰ, ਇਸ਼ਕ ਵਾਲਾ ਪਿਆਰ ਵੀ ਕਰਦੀ ਹਾਂ ਤੇ ਦੂਜਾ ਪਿਆਰ ਵੀ ਕਰਦੀ ਹਾਂ। ਮੇਰਾ ਤਾਂ ਉਹ ਘੰਟੇ ਦਾ ਬੁਰਾ ਹਾਲ ਹੋ ਰਿਹਾ ਗਾ, ਜੀ ਨਹੀਂ ਲੱਗਦਾ, ਜੀ ਨਹੀਂ ਲੱਗਦਾ ਪੁੱਛਣਾ, ਜੀ ਤਾਂ ਜੀ ਦੀ ਰਹਿ ਗਈ। ਮੇਰਾ ਆਪਦਾ ਕੰਮ ਤਾਂ ਕਢਾ ਲਿਆ, ਹੁਣ ਮੇਰੇ ਕੰਮ ਨੂੰ ਬੁਲਾਇਆ ਕਰਦੀ ਆ। ਮੈਂ ਤਾਂ ਕਿੰਨਾ ਹੀ ਰਾਤ ਦਾ ਕੰਮ ਹੱਲ ਨਹੀਂ ਹੁੰਦਾ ਮੇਰਾ, ਮੈਂ ਉਹਨਾਂ ਜਾਂ ਨਹੀਂ ਜਾਂਦਾ ਜੀ ਹੁੰਦਾ ਇੱਥੋਂ ਕਿਸੇ ਤੋਂ। ਬਸ ਤੁਸੀਂ ਜਾਓ ਆਪਦਾ, ਇੱਥੇ ਨਾ ਬੈਠੋ। ਆ ਕਿਹੜਾ ਪ੍ਰਾਹੁਣਾ ਪ੍ਰਾਹੁਣਾ ਆਇਆ ਕਰਦੇ ਨਾ, ਹੁਣ ਪ੍ਰਾਹੁਣਾ ਬਣ ਕੇ ਰਹੂ, ਇੱਥੇ ਹੀ ਬੈਠਿਆ ਕਰੂੰ, ਇੱਥੇ ਮੈਂ ਜਾਂਦਾ ਹੀ ਨਹੀਂ, ਇੱਥੇ ਹੀ ਰਹੂ, ਤੂੰ ਕੱਢ ਕੇ ਦਿਖਾਈ ਮੈਨੂੰ ਕਰੋ। ਕੋਈ ਗੱਲ ਨਹੀਂ, ਨਾ ਪ੍ਰਾਹੁਣਾ ਬਣ ਕੇ ਦਿਖਾਉ। ਬਾਹਲਾ ਨਾ ਤੁਸੀਂ ਨਾ ਅੱਤਰ ਦੀ ਚਲਾਓ ਮੇਰੇ ਤੇ। ਆਤੜ ਜੀ ਤੂੰ ਵੀ ਨਾ ਚਲਾ, ਫਿਰ ਜਾਣਦੀ ਆ ਮੈਂ ਬੰਦਾ ਕਿੱਥੋਂ ਆ, ਬਾਹਰੋਂ ਕਿਹੜੇ ਪਿੰਡਾਂ ਚੋਂ ਆ, ਪਤਾ ਮੈਨੂੰ ਕਿਹੜੇ ਪਿੰਡਾਂ ਚੋਂ ਆ, ਕਿਹੜੇ ਸ਼ਹਿਰ ਚੋਂ ਆ। ਸਭ ਇਹ ਤਾਂ ਨਾ ਚੱਕ ਕੇ ਲੈ ਜਾਂਦੇ ਨੇ ਤੇਰੇ ਵਰਗੇ ਗੱਡੀਆਂ ਦੇ, ਰਾਤਾਂ ਨੂੰ ਰੱਖ ਕੇ ਆਈ ਫਿਰ। ਬੜੇ ਮੁੱਛਾਂ ਨੂੰ ਵੱਟ ਦਿੱਤੇ ਜਾਂਦੇ, ਰਹਿਣ ਦੇ, ਮੁੱਛਾਂ ਭੁਰ ਜਾਣਗੀਆਂ ਤੇਰੀਆਂ। ਭੁਰਨਾਂ ਹੀ ਤਾਂ ਲਾਈਆਂ ਨਹੀਂ ਰੱਬ ਨੇ, ਮੈਨੂੰ ਤਾਂ ਲੱਗਦਾ ਗਾ ਜਿੱਤੇ ਤਾਂ ਇਹ ਮੁੱਛਾਂ ਅੱਧੀ ਰਹਿ ਗਈਆਂ, ਵੱਟ ਦੇ ਦੇ ਕੇ ਜਮਾ ਭੋਰਤੀਆਂ। ਇਹ ਇਹ ਤਾਂ ਵੱਧਦੀਆਂ ਰੋਜ਼, 2 ਸੂਤ 2 ਸੂਤ। ਚੱਲ ਤੇ ਮੈਂ ਇੱਕ ਐਂ ਕਹਿੰਦੀ ਸੀ, ਮੇਰਾ ਨਾ ਮਨ ਜਾਣ ਲੱਗਦਾ ਸੀ ਘਰੇ, ਜੇ ਕਿਤੇ ਘੁੰਮੇ ਆਈਏ 2-4 ਦਿਨ। ਬੋਲੋ ਕਿੱਥੇ ਚੱਲਣਾ? ਜਿੱਥੇ ਮਰਜ਼ੀ ਲੈ ਚੱਲੋ, ਤੁਹਾਡੀ ਇੱਛਾ। ਕਹਿੰਦੇ ਨੇ ਭਾਈ ਚੱਲਦੇ ਬੰਬੇ, ਬੰਬੇ ਮੰਨਿਆ ਹੋਰ ਕਿਸੇ ਪਾਸੇ, ਕਿਤੇ ਮਰਜ਼ੀ ਲੈ ਜਾਓ, ਬੰਬੇ ਗੁਹਾਟੀ ਕਿਤੇ ਮਰਜ਼ੀ ਲੈ ਜਾਓ, ਤੁਸੀਂ ਦੱਸੋ ਕਿਤੇ ਮਰਜ਼ੀ ਲੈ ਕੇ ਜਾਓਗੇ ਜਾਂ ਨਾ। ਮੈਂ ਤਾਂ ਤੁਹਾਨੂੰ ਕਹਿਦਾ ਵੀ ਕਿਤੇ ਮਰਜ਼ੀ ਕਹੋ ਉੱਥੇ ਲੈ ਚੱਲੂ, ਮੈਂ ਤਾਂ ਤੁਹਾਨੂੰ ਇੰਨਾ ਚਾਹੁੰਦਾ ਗਾ ਵੀ ਮੇਰੇ ਨਾਲ ਚੱਲੇ ਤਾਂ ਮੈਨੂੰ ਹੋਰ ਖੁਸ਼ੀ ਹੋ ਜਾਏ। ਅੱਛਾ ਚੱਲ ਫਿਰ, ਐਂ ਸੀ ਮੇਰੇ ਕੋਲ ਪੈਸੇ ਤਾਂ ਹੈ ਨਹੀਂ ਗੇ, ਤੈਥੋਂ ਪੈਸੇ ਮੰਗਦਾ ਮੈਂ, ਫਿਰ ਪੈਸਾ ਤਾਂ ਲੋੜ ਪੈਣੀ ਆ। ਪੈਸੇ ਤੈਨੂੰ ਬੈਗ ਫੜਾ ਦੇਣਾ, ਕੱਢ ਲਈ ਕਿੰਨੇ ਮਰਜ਼ੀ, ਬੈਗ ਚ ਪੈਸੇ ਭਰ ਰੱਖੇ ਹੈ, ਕੱਪੜੇ ਪੈਂਦੇ ਹੁੰਦੇ ਬੈਗ ਚ, ਫਿਰ ਪੈਸਿਆਂ ਦਾ ਭਰੇ ਜੇ ਥੱਲੇ ਫਰੋਲ ਕੇ ਦੇਖੀ ਉਹ। ਅੱਛਾ ਉਹਨੂੰ ਲੋਕ ਲੱਗਿਆ ਹੋਇਆ ਗੱਲ ਕਰ, ਚਾਬੀ ਮੇਰੇ ਕੋਲੇ ਆ ਸੀ, ਚਾਬੀ ਕੋਲੇ ਹੈ। ਹਾਂ ਫਿਰ ਮੇਰੇ ਤੇ ਕਿਹੜਾ ਵਿਸ਼ਵਾਸ ਆ, ਮੇਰੇ ਘਰੇ ਰਹਿਣਾ ਗਾ, ਫੇਰ ਵੀ ਲੋਕ ਲਾ ਲਾ ਰੱਖਦਾ ਹੈ ਜਵਾਕਾਂ ਤੋਂ ਲਾ ਰੱਖਿਆ। ਇੱਥੇ ਕਿਹੜੇ ਜਵਾਕ ਨੇ ਗਏ, ਕੋਈ ਬਾਹਰੋਂ ਆ ਜਾਂਦੇ ਨੇ ਖੇਡਣ, ਚਾਬੀ ਵੀ ਗੀਜੇ ਚ ਪਾ ਕੇ ਰੱਖੀ ਦੀ ਹੈਗੀ ਹਨਾ ਕਿਤੇ। ਤੈਨੂੰ ਤਾਂ ਜਵਾਬ ਨਹੀਂ, ਤੂੰ ਤਾਂ ਕਿਤੇ ਮਰਜ਼ੀ ਮੰਗ। ਚੱਲ ਫੇਰ ਚੱਲੋਗੇ? ਤਿਆਰ ਮੈਂ ਤਾਂ ਤਿਆਰ ਹਾਂ, ਮੈਂ ਤੈਨੂੰ ਗੱਲ ਪੁੱਛਦਾ, ਵਿਆਹ ਨੂੰ ਤਾਂ ਇੰਨਾ ਚਿਰ ਹੋ ਗਿਆ, ਹਾਂ ਬੱਚਾ ਬੱਚਾ ਕਿਉਂ ਨੀ ਹੋਇਆ? ਬੱਚਾ ਗੱਲਾਂ ਨਾਲ ਹੀ ਹੋ ਜਾਂਦਾ ਹੁੰਦਾ ਕਿਉਂ? ਸਾਲ ਤਾਂ ਕਹੇ ਹੋ ਗਏ ਵਿਆਹ ਨੂੰ, ਮੈਂ ਸੁਣਿਆ ਸਾਲ ਤਾਂ ਹੋ ਗਏ ਵਿਆਹ ਨੂੰ ਕਹੇ, ਫਿਰ ਵੀ ਉਹੀ ਗੱਲ ਜੋ ਤੈਨੂੰ ਪਤਾ ਤਾਂ ਹੈਗਾ ਹੁਣ ਸਾਰੀ ਹਿਸਟਰੀ ਦਾ, ਮੇਰਾ ਦੱਸਿਆ ਤਾਂ ਹੈਗਾ ਤੈਨੂੰ ਉਸ ਦਿਨ। ਅੱਛਾ ਠੀਕ ਹੈ, ਤੇ ਹੁਣ ਮੈਂ ਮਹੀਨਾ ਮੁਹੀਨਾ ਲੈ ਕੇ ਮੁੜਦਾ ਕੇਜੇ ਨੂੰ ਕੀ ਕਿਹਾ ਗਾ ਤੂੰ? ਕੇਜੇ ਨੂੰ ਤਾਂ ਕੋਈ ਗੱਲ ਨੀ, ਉਹ ਤਾਂ ਮੈਂ ਆਪੇ ਸੰਭਾਲ ਲੂੰਗੀ, 1 ਮਹੀਨਾ ਤਾਂ ਕੀ ਕਰਨਾ, 2-4 ਦਿਨ ਲਾ ਆਵਾਂਗੇ। ਸੋਨੀ ਉਹ ਸੋਨੀ ਚੱਲ ਆ ਜਾ ਨਾ, ਤੁਹਾਡਾ ਕੰਮ ਆ ਜਾ।
ਕੀ ਆ ਕਦੋਂ ਦੇ ਲੱਗਿਆ ਹੋਗੇ ਹੱਕ ਪੜਵਾਉਣ? ਕੀ ਚੱਲ ਆ ਕਰਕੇ ਯਾਰ, ਕਿਉਂ ਜਿੱਥੇ ਰਾਤ ਗਿਆ ਸੀਗਾ ਕਾਫੀ ਪਿਆਈ ਨੀ? ਰਾਤ ਕੀ ਜਿੱਥੇ ਰਾਤ ਗਿਆ ਸੀ ਚਾਹ ਕਾਫੀ ਮਿਲੀ ਨੀ? ਮਖਾ ਰਾਤ ਮੈਂ ਕਿੱਥੇ ਜਾਣਾ ਗਾ, ਮੈਨੂੰ ਪਤਾ ਹੀ ਨੀ ਕਿੱਥੇ ਮਰਿਆ ਸੀਗਾ। ਹੱਦ ਹੋ ਗਈ, ਮੈਂ ਤਾਂ ਗੱਲ ਕਰਕੇ ਉਹਦੀ ਤਾਂ ਪੈ ਗਿਆ ਸੀਗਾ। ਹਾਂ ਤੂੰ ਤਾਂ ਮੈਨੂੰ ਕਹਿ ਰਿਹਾ ਸੀਗਾ ਮੇਰੇ ਤਾਂ ਸਿਰ ਚ ਬਹੁਤ ਦਰਦ ਹੋ ਰਿਹਾ, ਮੈਂ ਤਾਂ ਰੈਸਟ ਕਰਦਾ, ਮੈਂ ਤਾਂ ਸੌ ਜਾਣ ਦੇ ਹੈਂ, ਤੇ 5 ਮਿੰਟਾਂ ਬਾਅਦ ਫਿਰ ਤੇਰੇ ਸਿਰ ਚ ਦਰਦ ਵੀ ਹੁਣ ਹਟ ਗਿਆ ਤੇ ਤੇਰੀ ਨੀਂਦ ਵੀ ਉੱਡ ਗਈ, ਕੀ ਗੱਲ? ਉਹ ਗੱਲ ਫੋਨ ਆ ਗਿਆ ਸੀਗਾ ਗੱਲ ਕਰਕੇ, ਫਿਰ ਮੈਂ ਵਗ ਗਿਆ, ਮੈਂ ਚੱਲ ਤੂੰ ਡਿਸਟਰਬ ਨਾ ਹੋਵੇਂ, ਥੱਕੀ ਹੁੰਨੀ ਹੈਗੀ ਤਾਂ ਕਰਕੇ ਬਾਹਰ ਆ ਗਿਆ ਗੱਲ ਕਰਨ। ਰਾਤ ਦੇ 11 ਵਜੇ ਕਿਹੜਾ ਇਹ ਜਿਹਾ ਫੋਨ ਆ ਗਿਆ ਸੀ ਤੈਨੂੰ? ਡਰ ਹੁਣ ਸੌ ਕੰਮ ਧੰਦਿਆਂ ਦੇ ਆਉਂਦੇ ਰਹਿੰਦੇ ਹੈਗੇ ਦਿਨ ਥੋੜਾ। 7 ਵਜੇ ਹੁਣ, 8 ਵਜੇ ਹੁਣ, 9 ਵਜੇ ਹੁਣ, ਗੱਲ ਪੱਖਰੀ ਹੈਗੀ। 10 ਵਜੇ ਤੋਂ ਬਾਅਦ ਜਿਹੜਾ ਫੋਨ ਆਊਗਾ ਨਾ ਉਹ ਕੰਮ ਵਾਲਾ ਨਹੀਂ ਆਉਂਦਾ ਹੈਗਾ। ਲੈ ਬਾਈ ਚਾਂਸ ਆ ਜਾਂਦਾ ਐਮਰਜੈਂਸੀ ਯਾਰ, ਤੇਰਾ ਇਹ ਕੀ ਕਹਿਣ ਦਾ ਮਤਲਬ ਵੀ ਕਿੱਥੇ ਗਿਆ ਸੀਗਾ? ਤੇ ਹੋਰ ਕੀ ਕਹਾਂ ਮੈਂ, ਹੱਦ ਹੋ ਗਈ ਲੈ ਤੇਰੀ। ਹਾਂ ਮੇਰੇ ਤਾਂ ਆਪ ਹੀ ਹੱਦ ਹੋ ਗਈ, ਮੈਨੂੰ ਬਾਹਰ ਦੇਖ ਲਿਆ, ਮੈਂ ਮੰਗ ਰਹੀ ਸੀ ਤੇਰੇ ਪਰ ਮੈਨੂੰ ਥਿਆ ਹੀ ਨਹੀਂ, ਤੂੰ ਪਤੰਦਰਾ ਹਨੇਰੇ ਚ ਜਾ ਕਹਿੰਦੀ ਫੋਨ ਦੀ ਲਾਈਟ ਲਾ ਕੇ ਯਾਰ ਤੇਰੀ ਕੰਨਗੀ ਨੀ ਭਰਿਆ ਪਹਿਲਾਂ ਤਾਂ ਮੈਨੂੰ ਆਏ ਦੱਸ, ਕਿਉਂ ਮੇਰੇ ਕਿਹਨੇ ਕੰਨ ਭਰਨੇ? ਮੇਰੇ ਅੱਖਾਂ ਖੁੱਲੀਆਂ ਮੇਰੀਆਂ, ਮੀਚੀਆਂ ਨੀ ਹੋਈਆਂ ਗਿਆ ਜਦੋਂ ਤੇਰਾ ਫੋਨ ਆਇਆਗਾ, ਫੋਨ ਸੁਣਦਾ ਸੁਣਦਾ ਹੀ ਬਾਹਰ ਆਇਆ ਉੱਠ ਕੇ ਤੂੰ। ਹਾਂ ਫਿਰ ਤੂੰ ਤਾਂ ਸੁੱਤੀ ਪਈ ਸੀਗੀ ਯਾਰ, ਮਗਰ ਕੀ ਲੈਣ ਆਈ ਸੀ ਫਿਰ, ਬੰਦਾ ਪਾਣੀ ਵੀ ਪੀਣਾ ਹੁੰਦਾ ਗਾ। ਹਾਂ ਸੁੱਤੀ ਪਈ ਸੀ, ਪਾਣੀ ਅੱਗੇ ਕਿਹੜਾ ਰੂਮ ਚ ਹੁੰਦਾ ਨੀ, ਉੱਥੇ ਹੀ ਹੁੰਦਾ ਗਾ ਪਾਣੀ ਨਾਲੇ, ਮੈਂ ਤਾਂ ਦੇਖਿਆ ਨੀ ਕਿਤੇ। ਹਾਂ ਧਿਆਨ ਹੀ ਨੀ ਹੁੰਦਾ ਗਾ ਜਦੋਂ, ਨਾ ਤਾਂ ਮੇਰੇ ਚ ਧਿਆਨ ਆ, ਨਾ ਮੇਰੇ ਕੰਮਾਂ ਚ ਧਿਆਨ ਆ ਵੀ ਕਿਹੜੀ ਚੀਜ਼ ਕਿੱਥੇ ਧਰੀ ਆ ਕਿੱਥੇ ਨਾ। ਹੁਣ ਤੂੰ ਚਾਹ ਕਰਕੇ ਦੇਣੀ ਹੈਗੀ ਲੜਨਾ, ਫਿਰ ਮੈਂ ਤਾਂ ਹੀ ਪੁੱਛਦੀ ਹਾਂ ਕਿ ਵੀ ਤੂੰ ਚਾਹ ਪੀ ਕੇ ਨੀ ਆਇਆ, ਕਿੱਥੇ ਜਿੱਥੇ ਗਿਆ ਸੀ? ਹੁਣ ਤੇਰੇ ਸਾਹਮਣੇ ਤਾਂ ਪਿਆ ਗਾ, ਹੱਦ ਹੋ ਗਈ ਆਏ ਦੀ, ਠਾਇਆ ਕਿ ਨਹੀਂ ਮੈਨੂੰ ਐਂ ਦੱਸੀ ਪਹਿਲਾਂ। ਨਹੀਂ ਠਾਇਆ, ਫਿਰ ਚਾਹ ਕਿੱਥੇ ਪੀ ਆਇਆ ਮੈਂ? ਕਿੰਨੇ ਵਜੇ ਆਇਆ ਸੀ ਮੁੜ ਕੇ? ਮੈਂ ਗਈ ਨੀ ਹੈਗਾ ਯਾਰ, ਫੇਰ ਕਹਿ ਦੂ ਕਿੰਨੇ ਵਜੇ ਆਇਆ ਸੀ, ਉਹਦੀ ਤਾਂ ਪੈ ਗਿਆ ਯਾਰ। ਮੈਂ ਕਿਉਂ ਹੱਸ ਕੇ ਗੱਲਾਂ ਟਾਲ ਦਾਂਗਾ? ਤੂੰ ਮੈਨੂੰ ਐਂ ਦੱਸ ਦੇ ਵੀ ਕੰਨ ਭਰੇ ਕੀ ਨਹੀਂ ਹੈਗੇ? ਕਿਸੇ ਨੇ ਨਹੀਂ ਕੰਨ ਭਰੇ, ਮੈਨੂੰ ਦਿਖਾਈ ਦਿੰਦਾ ਵਾ, ਨਿਗਾਹ ਹੈਗੀ ਆ ਮੇਰੀ ਅੱਖਾਂ ਦੀ। ਕਿਸੇ ਇੱਕ ਦਾ ਤਾਂ ਨਾਲ ਆਏ ਦੇ ਫਿਰ, ਕਿਉਂ ਨਾਲ ਆਵਾਂ? ਜਦੋਂ ਮੈਨੂੰ ਦਿਸ ਹੀ ਜਾਂਦਾ ਕੰਨਾਂ ਤੋਂ ਵੀ ਸੁਣੀ ਜਾਂਦਾ ਗਾ, ਕੋਈ ਜ਼ਰੂਰੀ ਹੈਗਾ ਵੀ ਕੋਈ ਮੈਨੂੰ ਦੱਸੂਗਾ, ਮੈਨੂੰ ਫੇਰ ਪਤਾ ਲੱਗੂ। ਅੱਛਾ ਜੇ ਮੈਂ ਹਾਂ ਦੱਸਤਾ ਵੀ ਮੈਨੂੰ ਕਿਸੇ ਨੇ ਦੱਸਿਆ ਗਾ, ਫਿਰ ਗੱਲ ਸਹੀ ਹੋ ਗਈ? ਇਹ ਤੂੰ ਦੇਖੂਗਾ ਵੀ ਕੌਣ ਹੈਗਾ ਜਿਹਦੀਆਂ ਗੱਲਾਂ ਚਾਹੁਣੀਆਂ ਤੂੰ, ਜਿਹਦੀਆਂ ਗੱਲਾਂ ਚਾਹੁਣੀਆਂ ਉਹੀ ਤਾਂ ਗੱਲ ਆ। ਚੱਲ ਬਚਾ ਲਿਆ, ਕੋਈ ਗੱਲ ਨੀ ਯਾਰ, ਹੱਦ ਹੋ ਗਈ। ਇਹਨੂੰ ਕਿਹਨੇ ਦੱਸਤਾ, ਕਿਹੜਾ ਭੜਕਾਉਂਦਾ ਰੋਜ਼ ਇਹਨੂੰ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ। ਮੈਂ ਕਿੱਥੇ ਜਾਣਾ, ਇੱਥੇ ਹੀ ਸੀਗਾ ਨਾਲੇ, ਹੱਦ ਹੋ ਗਈ ਅੜੀ, ਇਹ ਕਿੱਥੇ ਜਾਇਆ ਇਹਦਾ? ਅੱਜ ਤਾਂ ਯਾਰ ਸਿਰ ਜਦੋਂ ਕੀ ਜਾਂਦਾ ਤੜਕੇ, ਕੰਮ ਵੀ ਸਾਰੇ ਪਏ ਆ, ਚੀਸਾਂ ਆਈਆਂ ਬਾਹਲੀਆਂ ਪਈਆਂ ਤੀਆਂ ਨੇ ਯਾਰ। ਕਿੱਪੂ ਕਿੱਧਰ ਗਿਆ ਗਾ? ਕੰਮ ਸਾਰੇ ਪਏ ਹੈਗੇ, ਆ ਬੈਠਾ ਗਾ। ਓਏ ਕਿੱਪੂ ਦੇਖ ਲੈ, ਸੁਰਤ ਹੈਗੀ ਹੈਗੀ ਤੈਨੂੰ?
ਹਾਂ ਸਾਹ ਬਣਿਆ ਬੈਠਾ ਗਾ ਬੈਡ ਤੇ ਚੜਿਆ ਤੇ ਕੰਮ ਨੀ ਕਰਨਾ, ਕੰਮ ਸਾਰਾ ਪਿਆ ਗਾ ਅੱਜ। ਮੈਡਮ ਜੀ ਅੱਜ ਸਰੀਰ ਜਿਹਾ ਸੈੱਟ ਨੀ ਹੈਗਾ ਮੇਰਾ, ਸਿਰ ਦਰਦ ਬਾਹਲਾ ਕਰੀ ਜਾਂਦਾ ਗਾ। ਆ ਸਿਰ ਦਰਦ ਤੇ ਤੂੰ ਰੋਜ਼ ਹੀ ਨੀ ਬਹਾਨੇ ਜਿਹੇ ਲਾਉਣ ਲੱਗ ਗਿਆ। ਉਹ ਮੈਡਮ ਜੀ ਅੱਗੇ ਇੱਕ ਦੋ ਵਾਰ ਹੋਇਆ ਗਾ। ਫਿਰ ਆਏ ਕੀ ਕਰਨ ਸੀਗਾ ਇੱਥੇ, ਜੇ ਤੇਰਾ ਸਿਰ ਦਰਦ ਕਰਦਾ ਸੀ ਤਾਂ ਘਰੇ ਬਹਿ ਜਾਂਦਾ। ਹੁਣ ਮੈਨੂੰ ਕਿਹੜਾ ਪਤਾ ਸੀਗਾ ਫਿਰ ਵੀ ਸਿਰ ਦੁਖਣ ਲੱਗ ਜੂਗਾ। ਸਿਰ ਦੁਖਣ ਲੱਗ ਜੂਗਾ ਤੇਰਾ ਰਾਂਝੇ ਦਾ ਵੱਡੇ ਦਾ, ਇੱਥੇ ਤਨਖਾਹ ਤੂੰ ਲੈਣਾ ਗਾ, ਤੇਰਾ ਪਿਓ ਨੀ ਆਖੇ ਕੰਮ ਕਰੂਗਾ ਨਾ, ਇੱਥੇ ਤੇਰਾ ਪਿਓ ਨੀ ਕੰਮ ਕਰੂਗਾ ਕਿ ਤੂੰ ਕਰੇਗਾ ਕੰਮ, ਸਮਝ ਗਿਆ ਨਾ। ਨਾ ਮੈਡਮ ਜੀ ਪਿਓ ਤੇ ਮੈਨੂੰ ਕੁਛ ਮਰਜ਼ੀ ਕਹਿ ਲੋ, ਮੇਰੇ ਫੈਮਿਲੀ ਨੂੰ ਕਿਉਂ ਕਹਿ ਰਹੇ ਹੋ ਉਹੀ ਪਿਓ ਪਿਓ ਲਾ ਰੱਖਿਆ ਤੁਸੀਂ। ਚੰਬਲ ਗਈ ਕੀ ਚੰਬਲ ਗਈ, ਫਿਰ ਕੰਮ ਨੀ ਕਰਨਾ ਹੈਗਾ ਤੂੰ, ਹਾਂ ਜਨਾਬ ਬਣ ਕੇ ਬਹਿ ਜਾਣਾਗਾ ਬੈਡ ਤੇ। ਉਹ ਮੈਡਮ ਜੀ ਅੱਜ ਹੀ ਬੈਠਾਂਗਾ, ਕੋਈ ਨਾ ਨਿਬੇੜ ਦੂੰਗਾ, ਦੁਪਹਿਰੇ ਰੈਸਟ ਕਰਦਾ ਹੁਣ, ਅੱਜ ਨਾ ਕਰੂੰਗਾ। ਮਾੜਾ ਜਿਹਾ ਆਪਦੀ ਹੱਦ ਚ ਰਿਹਾ ਕਰ, ਸਮਝ ਗਿਆ ਨਾ, ਅੱਜ ਤਾਂ ਤੂੰ ਹੱਥ ਲਾ ਲੈ ਮੈਨੂੰ, ਏਦਾਂ ਮੁੜ ਕੇ ਨਾ ਟੱਚ ਨਾ ਕਰਦੀ ਮੈਨੂੰ। ਸੋਰੀ ਮੈਡਮ ਜੀ ਗਲਤੀ ਹੋ ਗਈ, ਗੁੱਸੇ ਚ ਆ ਗਈ, ਗਲਤੀ ਹੋ ਗਈ ਗੁੱਸੇ ਚ ਆ ਕੇ। ਮੈਂ ਕਹਿੰਦੀ ਆ ਕਾਹਨੂੰ ਕਾਹਨੂੰ, ਐਂ ਦੇਖ ਲਾ ਵੀ ਜਿਹੜੀ ਰੋਟੀ ਪੱਕਦੀ ਨਾ ਤੇਰੇ ਘਰੇ ਦੋ ਟਾਈਮਾਂ ਦੀ ਵੀ ਪੱਕਣੋਂ ਹਟ ਜੂਗੀ, ਮੇਰੀ ਵਜ੍ਹਾ ਨਾਲ ਹੀ ਪੱਕੀ ਜਾਂਦੀ ਹੈਗੀ, ਸਮਝ ਗਏ ਨਾ। ਪਰ ਕਹਿ ਤਾਂ ਰਿਹਾ ਮੈਡਮ ਜੀ ਗਲਤੀ ਹੋ ਗਈ, ਮਾਫ ਕਰ ਦੋ। ਹਾਂ ਜੇ ਮੇਰਾ ਗਲਤ ਆਪ ਦਿੰਦਾ ਮਗਰੋਂ ਕਹਿੰਦਾ ਗਲਤੀ ਹੋ ਗਈ ਮਾਫ ਕਰ ਦੋ। ਗੁੱਸਾ ਸਾਫ ਤੇ ਹੋਊਗਾ ਤੇ ਲਾਹ ਮੇਰੇ ਤੇ ਦਿੱਤਾ, ਗੁੱਸਾ ਸਾਫ ਤੇ ਹੋਊਗਾ ਲਾਹ ਤੇਰੇ ਤੇ ਦਿੱਤਾ, ਥੋੜਾ ਜਿਹਾ ਜ਼ਿਆਦਾ ਤੂੰ ਸਾਫ ਸਾਫ ਕਰਨ ਲੱਗ ਗਿਆ। ਮੈਂ ਤਾਂ ਮਾਲਕਣ ਵੀ ਉਨੀ ਕਰਦਾ ਤੇ ਸਾਫ ਵੀ ਉਨੀ ਕਰਦਾ, ਅੱਜ ਪਤਾ ਨੀ ਉਹ ਯਾਰ ਗੁੱਸੇ ਗੁੱਸੇ ਚ ਗਾਲੀ ਨੱਪਿਆ ਗਿਆ ਸੀਗਾ ਯਾਰ। ਗਲਤੀ ਤਾਂ ਹੋਈ ਆ, ਮਾਫੀ ਮੰਗ ਲੈਂਦੇ ਆ ਯਾਰ, ਐਵੇਂ ਤਾਂ ਫਿਰ ਇਹਨੇ ਯਕੀਨ ਵੀ ਨੀ ਕਰਨਾ। ਅਰੇ ਹੁਣ ਥੋੜਾ ਜਿਹਾ ਜ਼ਿਆਦਾ ਹੀ ਗੁੱਸੇ ਚ ਰਹਿਣ ਲੱਗ ਗਈ, ਦੋ ਪਿਆਰ ਦੀਆਂ ਗੋਲੀਆਂ ਖਵਾਉਣੀਆਂ ਪੈਣਗੀਆਂ ਇਹਨੂੰ। ਚੱਲ ਨਾਲੇ ਤਾਂ ਕਰਕੇ ਆਉਣੇ ਆ ਪਿਆਰ ਦੀਆਂ ਗੱਲਾਂ, ਨਾਲੇ ਮੰਗ ਕੇ ਆਉਣੇ ਆ ਮਾਫ਼ੀ, ਤੇ ਜਿਤਾ ਉਦੀ ਜਾਂਦੀ ਆ ਦੋ ਮਾਰੇ ਮਿੱਠੀਆਂ, ਬਸ ਜਾਣ ਦੇਣ ਨੂੰ ਤਿਆਰ ਹੋ ਜਾਂਦੀ ਆ। ਹੋਰ ਤਾਂ ਪਿਆਰ ਹੀ ਹੈ ਵਧੀਆ, ਬਸ ਹੋਰ ਕੁਛ ਨੀ, ਬਸ ਫ੍ਰੀ ਸੀ। ਨਹੀਂ ਨਹੀਂ ਕੰਮ ਤਾਂ ਕਿਹੜਾ ਮੈਨੂੰ, ਨਾ ਨੌਕਰ ਕਰ ਲੈਂਦਾ ਕੰਮ ਦਾ। ਆਪਾਂ ਕੀ ਕਰਨਾ ਗਾ, ਕੁਛ ਨੀ ਵਿਹਲੇ ਹੋਰ, ਹੁਣ ਇਹ ਤਾਂ ਹੈ। ਚੱਲ ਮੈਂ ਫਿਰ ਲਾਉਂਦੀ ਫ੍ਰੀ ਹੋ ਕੇ, ਨਾ ਕਰ ਲਾ ਗੱਲ, ਮੈਂ ਕਿਹੜਾ ਰੋਕਦਾ। ਨਹੀਂ ਫਿਰ ਕੀ ਹੋ ਗਿਆ, ਚੱਲ ਮੈਂ ਫਿਰ ਲਾ ਲੂੰਗੀ ਫੋਨ। ਕੀ ਦਾ ਸੀ, ਸਹੇਲੀ ਦਾ। ਕਿਹੜੀ ਸਹੇਲੀ ਦਾ, ਨਾਲੇ ਕਹਿੰਦੇ ਮੇਰੇ ਤਾਂ ਕੋਈ ਸਹੇਲੀ ਨਹੀਂ ਹੈਗੀ। ਦੇਖਿਆ ਤੁਸੀਂ ਸਹੇਲੇ ਦਾ ਨਾ ਹੋਵੇ, ਇਹਦਾ ਕੀ ਮਤਲਬ ਹੋਇਆ ਕਹਿਣ ਦਾ। ਦੇਖਿਓ ਹੋਰ ਮਜ਼ਾਕ ਕਰੀ ਜਾਂਦਾ, ਮੈਂ ਸੁਣਿਆ ਜਨਾਬ ਜੀ ਟੂਰ ਤੇ ਜਾ ਰਹੇ ਹੈਗੇ। ਮੈਂ ਟੂਰ ਤੇ ਕਦੋਂ ਜਾਣਾ ਵਾ, ਸੋਚ ਲਓ ਦੇਖ ਲਓ, ਸਾਈਆਂ ਵਧਾਈਆਂ ਲਾ ਰੱਖੀਆਂ ਨੇਗੀਆਂ, ਇੱਥੇ ਸਾਨੂੰ ਭਿਣਕ ਤੱਕ ਨਹੀਂ ਲੱਗੀ ਹੈਗੀ। ਹਾਏ ਕਾਹਤੋਂ ਖੜੇ ਹੋ ਗਏ, ਜਿਵੇਂ ਮਾਰ ਕੇ ਭੱਜਣਾ ਹੁੰਦਾ, ਬਹਿ ਜਾਓ ਹਲ ਕੁਰਸੀ ਤੇ ਬਹਿ ਜਾਓ, ਮੈਂ ਇੱਧਰ ਬਹਿ ਜਾਂਦੀ ਹਾਂ। ਬਹਿ ਜਾ ਤੂੰ, ਬੈਠ ਜਾਓ ਕੋਈ ਨਹੀਂ, ਬੈਠੋ ਤੁਸੀਂ। ਦੱਸ ਤਾ ਦੇ ਕੀ ਦੱਸਾਂ, ਕਿਹਦੇ ਨਾਲ ਲਾਈਆਂ ਨੇ ਸਾਈਆਂ ਵਧਾਈਆਂ। ਕਿੱਥੋਂ ਲਾਈਆਂ ਜੀ ਸਾਈਆਂ ਵਧਾਈਆਂ, ਕਿਹਦੇ ਨਾਲ ਲਾਉਣੀਆਂ ਮੈਂ।
ਦੇਖ ਲੈ ਹੁਣ ਕਿਹਦੇ ਨਾਲ ਲਾਈਆਂ ਹੋਣਗੀਆਂ, ਹੱਦ ਹੋ ਗਈ, ਕਮਾਲ ਦੀ ਗੱਲ ਆ, ਇੰਨੀ ਲੁੱਕ ਲੋੜ ਆ ਗਿਆ। ਤੁਹਾਡੇ ਤੋਂ ਲੁੱਕ ਰੱਖੂਗੀ ਮੈਂ, ਹੋਰ ਰੱਖੀ ਤਾਂ ਜਾਂਦੀ ਆ ਗੀ, ਇਹਦੇ ਉੱਤੇ ਕੀ ਰੱਖੇਗੀ। ਅੱਛਾ ਉਹ ਤੁਹਾਡਾ ਬੌਸ ਕਹਿ ਰਿਹਾ ਸੀਗਾ, ਮੈਂ ਕਦੋਂ ਕਿਹਾ ਨਾ ਫਿਰ ਬੰਬਾ ਘਵਾਟੀ, ਬੰਬਾ ਘਵਾਟੀ ਮੈਂ ਜਾਈ ਜਾਂਦੀ ਹੁੰਦੀ ਉਹਦੇ ਨਾਲ, ਮੈਂ ਜਾਊਂਗੀ ਇਹੋ ਜਿਹੇ ਬੰਦੇ ਨਾਲ। ਤੂੰ ਤਾਂ ਆਪ ਕਿਹਾ ਹੈਗਾ ਉਹਨੂੰ, ਕਹਿੰਦੀ ਲੈ ਚੱਲ ਮੈਨੂੰ ਕਿਤੇ, ਬੇ ਮਿੱਤਰ ਆ ਮੇਰਾ, ਇੱਥੇ ਦਿਲ ਨਹੀਂ ਉਹ ਲੱਗਦਾ। ਮੈਂ ਕਦੋਂ ਕਿਹਾਗਾ, ਦੇਖੋ ਹੋਰ ਕਿਹਨੇ ਕਹਿਤਾ, ਉਹ ਤਾਂ ਖੁਦ ਹੀ ਆਪ ਹੀ ਕਹਿ ਰਹੇ ਸੀਗੇ। ਆਪ ਕਿਉਂ ਕਿਹਾਗਾ, ਉਹ ਤਾਂ ਕਹਿੰਦਾ ਮੈਨੂੰ ਅੜੀ ਤੇਰੇ ਵਾਲੀ ਕਹਿੰਦਾ ਭੱਜੂ ਭੱਜੂ ਜੇ ਕਰੀ ਜਾਂਦੀ ਆ। ਤੁਹਾਨੂੰ ਲੱਗਦਾ ਹੈ ਵੀ ਮੈਂ ਕਿਹਾਗਾ ਉਹਨੂੰ? ਲੱਗਦਾ ਹੈ, ਫੇਰ ਹੀ ਕਿਹਾ ਮੈਂ ਤੈਨੂੰ। ਤੁਸੀਂ ਤਾਂ ਨਾ ਮੇਰੇ ਗੱਲਾਂ ਤੇ ਤੁਹਾਨੂੰ ਭਰੋਸਾ ਨਹੀਂ ਹੁੰਦਾ, ਜੇ ਮੈਂ ਕੁਛ ਕਹਿਣਾ ਤੇ ਯਕੀਨ ਨਹੀਂ, ਚਾਹੇ ਤਾਂ ਕੀਪੂ ਕਹਦੇ, ਚਾਹੇ ਕੋਈ ਉਹ ਸਰ ਕਹਦੇ, ਚਾਹੇ ਕੋਈ ਬਾਹਰੋਂ ਕਹਦੇ ਕੋਈ ਗੱਲ, ਉਹਦੇ ਤੇ ਤਾਂ ਭੱਜ ਕੇ ਯਕੀਨ ਕਰ ਲੈਂਦੇ ਹਾਂ। ਅੱਛਾ ਕੀ ਕਰਨ ਜਾਣਾ ਦੱਸ ਮੈਨੂੰ। ਮੈਂ ਕਦੋਂ ਜਾਣਾ ਯਾਰ, ਉਹਨਾਂ ਨੇ ਕਿਹਾ ਸੀਗਾ ਕਹਿੰਦੇ ਕਿਤੇ ਘੁੰਮ ਫਿਰੇ ਆਉਂਦੇ ਆ, ਗਏ ਘਰੇ ਬੈਠੇ ਹੁੰਦੇ ਬੋਰ ਹੁੰਦੇ ਹੋਗੇ। ਮੈਂ ਕਿਹਾ ਨਹੀਂ, ਮੈਂ ਕਿਹਾ ਜਦੋਂ ਹੋ ਗਿਆ ਕਿ ਜੇ ਵਿਹਲਾ, ਮੈਂ ਕਿਹਾ ਫੇਰ ਜਾਵਾਂਗੇ। ਅੱਛਾ ਕਹਿੰਦਾ ਹੁਣ ਤਾਂ ਮੈਂ ਹੈਗਾ ਗਾ, 4 ਦਿਨ ਇੱਥੇ ਚੱਲੇ ਆਉਂਦੇ ਆਗੇ। ਅੱਛਾ ਤੇ ਤੁਸੀਂ ਆਪ ਹੀ ਕਹਿੰਦੇ ਨਾ ਨਾਰਾਜ਼ ਨਾ ਕਰਿਓ, ਮੈਂ ਐਂ ਕਹਿਤਾ, ਮੈਂ ਕੋਈ ਗੱਲ ਨੀ, ਮੈਂ ਕਿਹਾ ਪੁੱਛੂਗੀ। ਹਾਂ ਨਾਰਾਜ਼ ਨਾਰਾਜ਼ ਦੇ ਚੱਕਰ ਕੋਈ ਹੋਰ ਨਾ ਕਾਂਡ ਕਰਦੀ। ਐਂ ਕਿਵੇਂ ਕਾਂਡ ਹੋ ਜੂ ਕੋਈ ਹੋਰ, ਦੇਖਿਓ ਤੁਸੀਂ ਇੰਨੇ ਕਦੇ ਗਲਤ ਸੋਚਦੇ ਹੁੰਦੇ ਹੋ। ਗਲਤ ਨਹੀਂ ਨਾ ਮੈਂ ਸੋਚਦਾ, ਮੈਂ ਸਹੀ ਕਹਿ ਰਿਹਾ ਹੈਗਾ, ਤੈਨੂੰ ਐਂ ਨੀ ਆਖਿਆ ਵੀ ਨਾਰਾਜ਼ ਕਰਨ ਨੂੰ, ਐਂ ਨੀ ਤੈਨੂੰ ਰੋਟੀ ਟੁੱਕ ਦਾ ਆਖਿਆ ਵੀ ਚੱਲ ਵਧੀਆ ਸੇਵਾ ਪਾਣੀ ਸਲਾਦ ਸਲੂਦ ਨਾਲ ਦੇ ਦਿਆ ਕਰੀ, ਚਾਹ ਪਾਣੀ ਟਾਈਮ ਤੇ ਦੇ ਦਿਆ ਕਰੀ, ਜੇ ਕੋਈ ਗੱਲਬਾਤ ਕਰਦਾ ਗਾ ਉਹ ਚੱਲ ਮਾੜੀ ਮੋਟੀ ਗੱਲਬਾਤ ਕਰ ਲਈ, ਇਹ ਤਾਂ ਨੀ ਕਿਹਾ ਸੀਗਾ ਤੈਨੂੰ ਵੀ ਟੂਰਾਂ ਤੇ ਪਲੈਨਿੰਗਾਂ ਕਰ ਲਓ। ਉਹ ਯਾਰ ਮੈਂ ਉਹਨੂੰ ਕੀ ਕਹਿਤਾ ਵੀ ਮੈਂ ਚੱਲੂਗੀ, ਮੈਨੂੰ ਐਂ ਕਿਹਾ, ਮੈਂ ਕੋਈ ਗੱਲ ਨੀ ਸ਼ਾਮ ਨੂੰ ਆ ਜਾਂਦੇ ਕਿ ਇਹਨੂੰ ਮੈਂ ਗੱਲ ਕਰ ਲਾਂਗੇ ਨਾ ਫੇਰ ਦੱਸੂਗੀ ਐਂ ਕਿਹਾ। ਉਹ ਤਾਂ ਕਹਿੰਦਾ ਮੈਨੂੰ ਐ ਕਿਹਾ ਉਹਨੇ, ਕਹੀ ਸੀ ਕੇਜੀ ਨੂੰ ਤਾਂ ਮੈਂ ਆਪੀ ਸਾਂਭਲੂ, ਚੱਲ ਚੱਲੀਏ ਕਹਿੰਦੀ 4 ਦਿਨ ਬਾਅਦ, ਕੇਜੀ ਨੂੰ ਤਾਂ ਮੈਂ ਆਪੀ ਸਾਂਭਲੂ। ਇਹਦਾ ਕੀ ਮਤਲਬ ਹੋਇਆ, ਤੁਹਾਨੂੰ ਚੜਾ ਵਧਾ ਕੇ ਕਹਿ ਰਿਹਾ, ਮੇਰੇ ਖਿਲਾਫ਼ ਭੜਕਾ ਰਿਹਾ ਗਾ, ਤੁਹਾਨੂੰ ਇੰਨੀ ਵੀ ਨੀ ਸਮਝ ਆਉਂਦੀ? ਹਲਕੇ ਚ ਲੈ ਰਹੀ ਆ ਤੂੰ ਮੈਨੂੰ, ਹੈ ਭਾਂ ਕਾਹਨੂੰ ਕਾਹਨੂੰ ਕਾਹਨੂੰ, 420 ਕਰਨੀ ਆ ਤੇਰੇ ਨਾਲ। ਮੈਨੂੰ ਥੋੜੀ ਸਮਝ ਨੀ ਆਉਂਦੀ ਹੈਗੀ, ਤੁਸੀਂ ਐਂ ਕਾਹਤੋਂ ਗੱਲਾਂ ਘੁਮਾ ਘੁਮਾ ਕੇ ਕਰਦੇ ਹੁੰਦੇ ਹੋ? ਤੂੰ ਕਰੀ ਜਾਂਦੀ ਹੈਗੀ, ਤੂੰ ਕਰੀ ਜਾਂਦੀ ਆ, ਮੈਨੂੰ ਕਹਿ ਦਿਆ ਕਰੋ ਹਰ ਵਾਰੀ ਤੁਸੀਂ। ਬੋਸ ਜੀ ਨੂੰ ਭੇਜ ਦੇਣਾ ਜਿੰਨਾ ਛੇਤੀ ਹੋ ਸਕਦਾ, ਮੇਰੇ ਹੱਥ ਚ ਹੈਗਾ ਉਹ ਵੀ ਮੈਂ ਰੱਖਿਆ ਗਾ ਇੱਥੇ, ਪਹਿਲਾਂ ਭੇਜ ਦੇ ਉਹਨੂੰ। ਤੂੰ ਫਿਰ ਕਹਿ ਦੇ ਉਹਨੂੰ, ਤੂੰ ਕਹਿ ਦੇ ਉਹ ਮੈਂ ਤਾਂ ਮਨਾਉਂਗੀ, ਮੈਂ ਮਨਾਉਂਗੀ ਕਹਿੰਦੀ। ਉਹ ਤਾਂ ਫਿਰ ਮੈਨੂੰ ਕਹਿ ਦਿੱਤਾ ਸੀਗਾ, ਮੈਂ ਉਸਦੀ ਕਹਤੇ ਭੱਜ ਜਾ ਕਹਿੰਦਾ, ਮੈਂ ਤਾਂ ਸੋਨੀ ਨੇ ਕਿਹਾ ਕਹਿੰਦਾ। ਫਿਰ ਮੈਂ ਕਿ ਕਾਦੇ ਵਾਸਤੇ ਕਿਹਾ ਸੀ ਤੁਹਾਨੂੰ, ਵੀ ਤਾਂ ਪਤਾ ਹੀ ਆ ਵੀ ਚੱਲ ਆਪਣਾ ਕੰਮ ਜਿਹੜਾ ਤੁਸੀਂ ਕੀਤਾ ਹੋਇਆ ਵੀ ਚੱਲ ਉਹ ਵਾਪਸ ਮਿਲ ਜੇ, ਫਿਰ ਹੋਰ ਕਾਦੇ ਵਾਸਤੇ ਕਿਹਾ ਸੀਗਾ, ਜੇ ਹੁਣ ਕੰਮ ਤੁਹਾਡਾ ਪੂਰਾ ਕਰਨ ਕਹਿ ਦੋ ਬਸ ਤੁਸੀਂ। ਮੈਂ ਤਾਂ ਕਹੀ ਜਾਂਦਾ ਉਦਾਂ ਦੀ ਕੰਮ ਪੂਰਾ ਹੋਵੇ ਨਾ ਹੋਵੇ, ਨਹੀਂ ਨਾ ਹੋਵੇ ਦਾ ਕੀ ਮਤਲਬ ਹੋਇਆ? ਹੋਰ ਫਿਰ ਮੈਂ ਇੱਥੇ ਰੋਟੀਆਂ ਕਰਨੀ ਝਾਕੀ ਜਾਊਂ, ਜੇ ਕੋਈ ਹੋਰ ਨਿੱਕੀ ਹੋ ਗਈ, ਹੁਣ ਕੀ ਪਤਾ ਦੁਨੀਆਦਾਰੀ ਦਾ ਹੋਵੇ। ਉਹ ਦੇਖਿਓ ਮਾੜੀ ਮੋਟੀ ਤਾਂ ਸ਼ਰਮ ਕਰ ਲਿਆ ਕਰੋ ਗੱਲ ਕਹਿਣ ਲੱਗੇ। ਤੁਸੀਂ ਕਰਦੇ ਹੋ ਕਿਉਂ, ਮੈਂ ਇਹ ਜਿਹਾ ਕੀ ਕਹਿਤਾ ਤੁਹਾਨੂੰ ਜਾਂ ਕੀ ਕਰਤਾ? ਅੱਗੇ ਤਾਂ ਜਿਵੇਂ ਵੀ ਕੁਛ ਕਰੀ ਨੀ ਹੁੰਦਾ, ਇਹ ਤਾਂ ਮੈਂ ਭਲੇ ਮਾਨਸ ਬੰਦਾ ਜਿਹੜਾ ਕੋਈ ਅੱਗੇ ਵਾਲੀਆਂ ਗੱਲਾਂ ਕਿਉਂ ਨਹੀਂ ਬੈਠਾ? ਲੱਤ ਤੇਰੀ ਖੱਬੀ, ਤੂੰ ਤਾਂ ਕੀ ਉਹ ਕਰ ਜਾਂਦੀ? ਬਸ ਤੁਸੀਂ ਨੀ ਮੈਨੂੰ ਲੱਗਦਾ ਨਾ ਮੇਰੇ ਤੇ ਵਿਸ਼ਵਾਸ ਕਰ ਸਕਦੇ। ਹਾਂ ਵਿਸ਼ਵਾਸ ਹੋ ਗਿਆ, ਗਲਤੀ ਇਨਸਾਨ ਤੇ ਹੁੰਦੀ ਹੁੰਦੀ, ਇੱਕ ਵਾਰੀ ਗਲਤੀ ਹੋ ਗਈ, ਹੁਣ ਬਾਰ ਬਾਰ ਇਹ ਜਿਹੀਆਂ ਗਲਤੀਆਂ ਨੇ ਜਿਹੜੀਆਂ ਵੀ ਆਹੀ ਹੁੰਦੀਆਂ ਨੇ, ਚੱਲ ਮੰਨਿਆ ਵੀ ਤੂੰ ਛੋਟੀ ਮੋਟੀ ਹੋਊਗੀ, ਕੋਈ ਹੋਰ ਲਾ ਲਾ, ਕਿਹੜੀ ਗਲਤੀ ਜੋ ਗਲਤੀ ਹੋ ਗਈ ਬਈ, ਫਿਰ ਜਾਣੇ ਅਣਜਾਣੇ ਚ ਹੋ ਗਈ ਇੱਕ ਵਾਰੀ ਗਲਤੀ, ਹੁਣ ਤੁਸੀਂ ਮੇਰਾ ਖੜਾ ਛੱਡ। ਅੱਛਾ ਤੋਂ ਗਲਤੀ ਹੋਈ ਨੀ? ਨਾ ਹੋਈ। ਹਾਂ ਬਸ ਕੋਈ ਗੱਲ ਨੀ,
ਮੈਨੂੰ ਨਾ ਕੁਛ ਕਹੇ ਰੋਟੀ ਮੇਰੇ ਤੇ ਸ਼ੱਕ ਕਰਨ ਲੱਗ ਗਈ, ਮੇਰੀ ਬਾਜੀ ਮੇਰੇ ਤੇ ਪਾਉਣ ਲੱਗ ਗਈ। ਮੈਂ ਬਾਪ ਉਦੋਂ ਬਾਅਦ ਤੁਹਾਨੂੰ ਕੁਛ ਕਿਹਾ ਨਹੀਂ, ਕਿਹਾ ਨਾ ਜਾਣ ਦੀ ਲੋੜ ਨਹੀਂ, ਠੀਕ ਹੈ, ਉਹਦੇ ਲਵੇ ਲੋਵੇ ਨਹੀਂ ਲੱਗਣ ਦੀ ਲੋੜ ਹੈਗੀ। ਤੈਨੂੰ ਮੈਂ ਸਿੱਧੀ ਗੱਲ ਦੱਸੀ, ਬਾਰ ਬਾਰ ਮੈਥੋਂ ਕਿਹਾ ਜਾ ਨਹੀਂ ਜਾਂਦਾ, ਉਹਦੀ ਨੋਰਮਲ ਗੱਲ ਹੈ, ਕਰਨੀ ਆ ਗੱਲ। ਉਂਗਲ ਨੀਚੇ ਰੱਖ ਲਓ, ਡਰ ਲੱਗਦਾ ਮੈਨੂੰ ਤੁਹਾਤੋਂ। ਉਹ ਤੂੰ ਬਾਇਆ ਚਾਂਬਲੀ ਹੋਈ, ਜੇ ਇੰਨੀ ਡਰਦੀ ਹੁੰਦੀ ਨਾ ਤੂੰ। ਹੂੰ ਉਹਨੂੰ ਤੁਸੀਂ ਆਪ ਕਹਿ ਦੋ ਭੱਗ ਜੂਗਾ, ਮੈਂ ਕੀ ਕਹਿਣਾਗਾ। ਹੋਰ ਬਸ ਉਹਨੂੰ ਮੂੰਹ ਨਾ ਲਾਈ, ਨਾਪੀ ਵਗ ਜੂਗਾ ਭੈਣ ਦਾ ਯਾਰ ਲੰਡਾ ਲੋ, ਚਾਹੇ ਘਰੇ ਕੋਈ ਬਸਦਾ ਨੀ, ਸਾਲਾ ਇੱਥੇ ਵੀ ਇਹਦਾ ਲੱਗ ਗਿਆ ਮੇਰਾ ਸਾਲ ਕਿਹੜਾ। ਸਮਾਰ ਕੇ ਲਾ ਲਾ ਝਾੜੂ ਰੇਤਾ ਤਾਂ, ਸਮਾਰ ਕੇ ਲਾ ਦੇ ਕੱਪੜਾ, ਲੈ ਲਾ ਐ ਕਰਦਾ ਕੰਮ ਜਿਵੇਂ ਹੱਥਾਂ ਚ ਜਾਨ ਹੀ ਨਹੀਂ ਹੁੰਦੀ। ਅੱਜ ਤਾਂ ਜਮਾ ਭਰਾਂ ਡਮਣੀ ਬੈਠੀ ਯਾਰ, ਪਤਾ ਨੀ ਇੰਨੀ ਕਾਹਦੀ ਗੁੱਸੇ ਨਾਲ ਆ। ਮੈਂ ਬਣਾ ਦਿੰਦਾ ਗਾ, ਨਹੀਂ ਮੈਂ ਤਾਂ ਆਪੇ ਬਣਾ ਲੂੰਗੀ, ਥੋੜਾ ਮੋਟਾ ਪਿਆਰ ਪਾ ਦੂ ਆਪਦਾ, ਇੰਨੇ ਗੁੱਸੇ ਹੋ ਰਹੇ ਹੋ। ਜ਼ਰੂਰਤ ਨੀ ਮੈਨੂੰ ਤੇਰੇ ਪਿਆਰ ਦੀ। ਮੈਡਮ ਜੀ ਉਰੇ ਤਾਂ ਆ ਜਾਓ ਹਾਂ, ਦੂਰ ਭੱਜਦੋ, ਮੈਂ ਕਿਹੜਾ ਕਰੰਟ ਮਾਰ ਦਾਂਗਾ। ਹਾਂ ਦੇਖ ਪਹਿਲਾਂ ਤਾਂ ਤੁਸੀਂ ਆਪ ਲਵੇ ਲਵੇ ਹੋ ਕੇ ਜੇ ਬਹਿਨੇ ਹੋ, ਤੂੰ ਬਦਲ ਨਹੀਂ ਗਿਆ ਕਿ ਤੂੰ। ਉਹ ਮੈਡਮ ਜੀ ਬਦਲਣ ਦੀ ਗੱਲ ਨਹੀਂ, ਮਾਫ ਕਰਨਾ, ਉਦੋਂ ਮੈਨੂੰ ਗੁੱਸਾ ਵਾਲਾ ਚੜਿਆ ਪਿਆ ਸੀ, ਸਿਰ ਦਰਦ ਵਾਲਾ ਹੋਈ ਜਾਂਦਾ ਸੀਗਾ, ਉਦੋਂ ਉੱਚਾ ਨੀਵਾ ਬੋਲਿਆ ਗਿਆ, ਸੌਰੀ ਉਹਦੇ ਲਈ, ਮਾਫ ਕਰ ਦੋ ਮੈਨੂੰ। ਮੈਂ ਤੈਨੂੰ ਕਿੰਨੇ ਵਾਰੀ ਜਿਤਾਤਾ ਵੀ ਮੈਂ ਤੇਰਾ ਕਿੰਨਾ ਕਰਦੀ ਹੈਗੀ, ਠੀਕ ਹੈ ਨਾ, ਦੋਨੇ ਤਰ੍ਹਾਂ ਦਾ ਪਿਆਰ ਕਰਦੀ ਹਾਂ ਤੈਨੂੰ, ਇਸ਼ਕ ਵਾਲਾ ਪਿਆਰ ਵੀ ਕਰਦੀ ਹਾਂ ਤੇ ਦੂਜਾ ਪਿਆਰ ਵੀ ਕਰਦੀ ਹਾਂ। ਉਹ ਪਤਾ ਮੈਡਮ ਜੀ, ਫਿਰ ਮੈਂ ਮੰਗੀ ਤਾਂ ਜਾਂਦਾ ਮਾਫੀ, ਗਲਤੀ ਹੋ ਗਈ ਮਾਫ ਕਰ ਦੋ। ਮੈਂ ਨਾ ਤੇਰੇ ਤੇ ਜਿਸ ਤਰ੍ਹਾਂ ਮੂੰਹ ਮਾਸੂਮ ਜਿਹਾ ਹੋ ਜਾਂਦਾ ਜਾਂ ਕੁਛ ਦੁਖਦਾ, ਮੈਂ ਤਾਂ ਉਹ ਵੀ ਨੀ ਝੱਲਿਆ ਜਾਂਦਾ, ਤੂੰ ਮੇਰਾ ਗਲ ਨਾ ਪਤਾ ਅੱਜ। ਮੈਡਮ ਜੀ ਸੌਰੀ, ਬਾਹਰ ਦਾ ਨੀ ਦੁਖਦਾ ਹੁਣ, ਹੁਣ ਮਾਫ ਕਰ ਦਿੰਦਾ ਮੈਡਮ ਜੀ। ਨਹੀਂ ਬਸ ਲੋੜ ਨੀ ਹੁਣ ਮਾਫ ਦੀ, ਪਹਿਲਾਂ ਗਲਤੀ ਕਰੋ ਮਗਰੋਂ ਸੌਰੀ ਕਹਿ ਦੋ। ਪਰ ਹੋ ਗਈ ਗਲਤੀ, ਇਹ ਚ ਕਿੱਡੀ ਕੁ ਵੱਡੀ ਗੱਲ ਆ। ਚੱਲ ਕੋਈ ਗੱਲ ਨੀ, ਫਿਰ ਹੁਣ ਤੂੰ ਕੰਮ ਕਰਦਾ ਕਰਦਾ ਇੱਧਰ ਕਾਹਤੋਂ ਆ ਗਿਆ, ਮੈਂ ਆਪੇ ਬਣਾ ਲੂੰਗੀ ਚਾਹ ਆਪਦੇ ਜੋਗਰੀ। ਹੁਣ ਮੇਰਾ ਕੰਮ ਚ ਕਿੱਥੋਂ ਜੀ ਲੱਗੂ ਯਾਰ, ਜੋ ਤੁਸੀਂ ਤਾਂ ਐ ਮੂੰਹ ਕਰ ਰੱਖਿਆ ਗਾ, ਮੈਂ ਕੰਮ ਕਰ ਲੂੰਗਾ, ਤੁਹਾਨੂੰ ਲੱਗਦਾ ਵੀ ਮੈਥੋਂ ਕੰਮ ਹੋ ਜਾਊਗਾ? ਅੱਛਾ ਮੇਰਾ ਮੂੰਹ ਐ ਦੇਖ ਕੇ ਤਾਂ ਕੰਮ ਨੀ ਹੋਣਾ ਮੇਰਾ, ਤਾਂ ਉਹ ਘੰਟੇ ਦਾ ਬੁਰਾ ਹਾਲ ਹੋ ਰਿਹਾ ਗਾ, ਜੀ ਨੀ ਲੱਗਦਾ ਪੁੱਛਣਾ, ਜੀ ਤਾਂ ਜੀ ਦੀ ਰਹਿ ਗਈ। ਚੱਲ ਕੋਈ ਗੱਲ ਨਹੀਂ, ਨਹੀਂ ਗੁੱਸੇ ਹੈਗੀ, ਬਸ ਮਾਫ ਕਰਤਾ ਮੈਂ ਤੈਨੂੰ। ਹੁਣ ਐ ਲੱਗਦਾ ਵੀ ਹੁਣ ਸਾਹ ਆਉਣ ਲੱਗਿਆ ਮੈਨੂੰ ਆ ਸਭ ਦਾ, ਤੇਰੇ ਨਾਲ ਤਾਂ ਮੈਂ ਗੁੱਸੇ ਰਹੀ ਨਹੀਂ ਸਕਦੀ ਹੈਗੀ, ਨਾਲੇ ਤੈਨੂੰ ਪਤਾ ਮੇਰਾ। ਐ ਨਾ ਰਹਿ ਕਰੋ, ਮੇਰਾ ਬੁਰਾ ਹਾਲ ਹੋ ਜਾਂਦਾ ਮੈਡਮ ਜੀ। ਅੱਛਾ ਇਸ ਘਰ ਚ ਤੁਸੀਂ ਤਾਂ ਹੈਗੇ ਹੋ ਮੇਰੇ, ਹੋਰ ਕੌਣ ਆ, ਤੁਸੀਂ ਹੋ ਜਿਹੜੇ ਪਿਆਰ ਕਰਦੇ ਹੋ। ਲੱਗਦਾ ਦਿਲ ਚ ਪਿਆਰ ਜਾ ਵਾਲੇ ਮਾਰਦਾ। ਆਏ ਹੁਣ ਦਿਲ ਚ ਪਿਆਰ ਹੈਗੀ ਆ, ਨਫ਼ਰਤ ਤਾਂ ਨਹੀਂ ਹੈਗੀ। ਅੱਛਾ ਹੋਰ ਮੇਰੇ ਪ੍ਰਤੀ ਹੋਰ ਪਿਆਰ ਹੀ ਆ, ਬਸ ਤੁਸੀਂ ਨਹੀਂ ਥੋੜਾ ਜਿਹਾ ਘੱਟ ਸਮਝਦੇ ਹੋ। ਨਹੀਂ ਘੱਟ ਸਮਝਦੀ,
ਆ ਤੁਸੀਂ ਤਾਂ ਹੁਣ ਮਿੰਟ ਚ ਬਗਾਨਾ ਕਰਤਾ ਮੈਨੂੰ। ਅੱਗੇ ਮੈਨੂੰ ਕਦੇ ਫੀਲ ਨੀ ਹੋਇਆ ਸੀਗਾ ਵੀ ਮੈਂ ਇਸ ਘਰ ਚ ਨੌਕਰ ਆ, ਆ ਹੁਣ ਤੁਸੀਂ ਫੀਲ ਕਰਾਤਾ ਵੀ ਮੈਂ ਨੌਕਰ ਆ, ਮੇਰੀ ਔਕਾਤ ਕੀ ਆ? ਨਹੀਂ ਆਈ ਮੈਂ ਸਮਝਦੀ ਕਿਉਂ ਐ ਕਹਿਣਾ ਗਾ ਤੂੰ, ਉਹ ਮੈਂ ਤੇ ਗੁੱਸੇ ਚ ਸੀਗਾ, ਤੇਰਾ ਸਾਹਬ ਨਾਲ ਗੁੱਸਾ ਸੀ ਬਸ, ਉਹ ਮੇਰੇ ਤੇਰੇ ਤੇ ਲੈ ਗਿਆ, ਮੈਂ ਕੀ ਕਰਾਂ। ਬਸ ਹੁਣ ਤਾਂ ਨੀ ਗੁੱਸੇ ਹੈਗੇ? ਨਹੀਂ ਗੁੱਸੇ ਤੇਰੇ ਨਾਲ, ਬਸ ਆਈ ਪਿਆਰ ਕਰਦੇ ਰਹਾ। ਚੰਗਾ ਕੜਕ ਜੀ ਚਾਹ ਬਣਾ ਲੈ ਹੁਣ ਆਪਣੇ ਦੋਵਾਂ ਵਾਸਤੇ, ਪਿਆਰ ਪਾਉਂਗਾ ਮੈਂ। ਹਾਂਜੀ ਕਿਵੇਂ ਆ? ਬਸ ਠੀਕ ਹੈ, ਤੁਹਾਡੇ ਵਰਗੇ ਤਾਂ ਹੈ ਨੀ। ਕੀ ਗੱਲ ਹੋ ਗਈ? ਕੀ ਗੱਲ ਹੋ ਗਈ? ਤੁਸੀਂ ਤਾਂ ਬੰਦੇ ਬੇਕਾਰ ਨਿਕਲੇ। ਕਿਉਂ ਕੀ ਗੱਲ ਆ? ਹਜੇ ਗਰਮਾਇਸ਼ ਜੀ ਬੜੀ ਗਈ ਬੈਠੇ ਹੋ। ਹਜੇ ਗਰਮਾਇਸ਼ ਕਹਿੰਦਾ ਤੁਸੀਂ ਤਾਂ ਸਾਡੇ ਦੋਨਾਂ ਜੀਆਂ ਨੂੰ ਲੜਾ ਕੇ ਤਾਂ, ਤੁਸੀਂ ਇੰਨੇ ਚੁਗਲ ਖੋਰੋਗੇ, ਮੈਨੂੰ ਨਹੀਂ ਪਤਾ ਸੀਗਾ ਇੰਨੀ ਚੁਗਲ ਖੋਰੋਗੇ। ਕਿਉਂ ਮੈਂ ਕਿਹਨੂੰ ਕੀ ਕੁਸ ਗਿਆ? ਕਿਉਂ ਫਿਰ ਤੁਸੀਂ ਕਿਸੇ ਜੀ ਨੂੰ ਕਹਤੋ ਕਿ ਹਾਗਾ ਵੀ ਮੈਨੂੰ ਆਏ ਕਹਿੰਦੀ ਕਿ ਤੇਰੀ ਘਰ ਵਾਲੀ ਵੀ ਘੁੰਮਣ ਜਾਣ ਦੀ ਕੀ? ਮੈਂ ਤਾਂ ਉਹੀ ਨਹੀਂ ਗਿਆ। ਮੈਂ ਇਹਦਾ ਹੀ ਬਦਮੀ ਗੜਮੀ ਗੱਲ ਵੀ ਨਹੀਂ ਕਹਿੰਦਾ ਗਾ। ਬਸ ਰਹਿਣ ਦੇ, ਚੁਗਲੀਆਂ ਕਰਕੇ ਤੁਸੀਂ ਤਾਂ ਮੇਰਾ ਘਰ ਹੀ ਖਰਾਬ ਕਰਨ ਲੱਗ ਗਏ। ਤੁਸੀਂ ਐਂ ਕਰੋ ਬਸ, ਹੁਣ ਬਹੁਤ ਹੋ ਗਿਆ, ਤੁਸੀਂ ਨਾ ਆਪਦਾ ਚਲੇ ਜਾਓ ਬਸ। ਐਂ ਕਿਵੇਂ ਚਲੀ ਜਾਓ? ਮੈਂ ਆਪਦਾ ਕੰਮ ਤਾਂ ਕਢਾ ਲਿਆ, ਹੁਣ ਮੇਰੇ ਕੰਮ ਬੜਾ ਐਂ ਕਰਦੀ ਆ। ਮੈਂ ਤਾਂ ਕਿੰਨਾ ਹੀ ਰਾਤ ਦਾ ਕੰਮ ਹੱਲ ਨਹੀਂ ਹੁੰਦਾ ਮੇਰਾ, ਮੈਂ ਉਹਨਾਂ ਜਾਂ ਨਹੀਂ ਜਾਂਦਾ ਜਾਂਦਾ ਇੱਥੋਂ ਕਿਸੇ ਤੋਂ। ਕੋਈ ਕੰਮ ਨਹੀਂ ਹੁੰਦਾ ਹੈਗਾ ਤੁਹਾਡਾ ਹੁਣ, ਠੀਕ ਹੈ ਨਾ? ਕਿਉਂ ਤੈਂ ਆਪਦਾ ਕੰਮ ਮਤਬਲ ਲੈ ਲਿਆ ਨਾ ਹੁਣ? ਮੈਨੂੰ ਪਹਿਲਾਂ ਬੁਲਾਉਂਦੇ ਨੀ ਉਹ, ਪਤਾ ਨੀ ਕੀ ਹੋਇਆ। ਮੈਂ ਤਾਂ ਤੂੰ ਕੁਛ ਕਹਿਤਾ ਉਹਨੂੰ, ਮੈਨੂੰ ਕੀ ਲੋੜ ਪੈਂਦੀ ਹੈ ਉਸੇ ਦੇ ਘਰੇ ਰਹਿ ਕੇ, ਉਸੇ ਨਾਲ ਹੀ ਤੁਸੀਂ ਦੁਸ਼ਮਣੀਆਂ ਹੈ, ਉਹਨੂੰ ਨੀ ਬੁਲਾਉਂਦੇ ਹੈਗੇ। ਪਤਾ ਹੀ ਨੀ ਕੀ ਹੋਇਆ ਉਹਨੂੰ, ਮੈਂ ਗੱਲਾਂ ਮਾਜਾਲਾ ਮਨਚਾ ਵੀ ਦੀ ਲੜੇ ਲੁੜੇ ਨਾ, ਹੁਣ ਮੈਂ ਆਪਾਂ ਨੂੰ ਕੀ ਮੈਂ ਇੱਥੇ ਹੀ ਕਿੱਥੇ ਪਹਿਲਾਂ ਆਪਦਾ ਮਤਬਲ ਕਢਾਉਣ ਨੂੰ ਕਹਿੰਦੀ ਸੀਗੀ ਵੀ ਮੇਰਾ ਮਤਬਲ ਨਿਕਲ ਜੀ, ਮੇਰਾ ਕੰਮ ਆਹ ਕਰਦੇ, ਮੇਰਾ ਕੰਮ ਆਹ ਕਰਦੇ, ਉਹ ਮੈਂ ਕੰਮ ਮੈਂ ਕਢਾ ਕੇ ਉਹ ਤੋਂ ਬਹੁਤ ਜੀ ਕੰਮ ਮਤਬਲ ਤਾਂ ਮੈਂ ਆਪਦਾ ਕੱਢ ਕੇ ਜਾਊਂਗਾ। ਅੱਛਾ ਤਾਂ ਕੀ ਦੇ ਰਹੇ ਹੋਗੇ ਮੈਨੂੰ ਹੁਣ ਇਹ? ਹਾਂ ਫਿਰ ਆਏ ਮੈਂ ਫੋਕਣਾ ਤਾਂ ਕਿ ਤੁਹਾਨੂੰ ਡਰਦੀ ਹੈਗੀ ਜੇ ਤੁਸੀਂ ਹਾਂ ਡਰਾਉਂਗੇ ਮੈਨੂੰ? ਜੇ ਤੂੰ ਘਰੋਂ ਕੱਢਣ ਨੂੰ ਕਹਿੰਦੀ ਆਏ, ਮੈਂ ਵੀ ਨਹੀਂ ਡਰਦਾ ਹੈਗਾ ਫਿਰ ਵੀ ਤੂੰ ਘਰੋਂ ਕੱਢ ਦੇਂਗੀ ਮੈਨੂੰ? ਘਰੋਂ ਤਾਂ ਫਿਰ ਤੁਹਾਨੂੰ ਜਾਣਾ ਹੀ ਪੈਣਾ ਗਾ, ਹੁਣ ਇੱਥੇ ਤਾਂ ਨਹੀਂ ਤੁਹਾਨੂੰ ਬਿਠਾ ਕੇ ਰੱਖੂ, ਪਰਾਉਣਾ ਬਣਾ ਕੇ ਮੈਂ ਤੂੰ ਐਂ ਕਰ ਘਰੋਂ ਕੱਢ ਕੇ ਦਿਖਾ ਫਿਰ ਤਾਕਤ ਕੀ? ਤੁਸੀਂ ਤਾਂ ਆਪੇ ਜਾਣਗੇ, ਮੇਰੇ ਕੋਲ ਸਾਰਾ ਕੁਝ ਲਿਖਤ ਪੜ੍ਹ ਕਰੀ ਪਈ ਆ ਵੀ ਆਹ ਮਤ ਬੁਲਾਏ ਕਰਿਆ ਗਾ, ਆਹ ਮਤ ਬੁਲਾਏ ਕਰਿਆ। ਅੱਛਾ ਜੇ ਕੋਈ ਮੇਰਾ ਕੰਮ ਕਰੇ ਵੀ ਤੁਸੀਂ ਲਿਖੀ ਬੈਠੇ ਹੋਗੇ, ਬਸ ਤੁਸੀਂ ਜਾਓ ਆਪਦਾ, ਇੱਥੇ ਨਾ ਬੈਠੋ। ਆ ਕਿਹੜਾ ਪ੍ਰਾਹੁਣਾ ਪ੍ਰਾਹੁਣਾ ਆ ਕਰਦੇ ਨਾ, ਹੁਣ ਪ੍ਰਾਹੁਣਾ ਬਣ ਕੀ ਰਹੂ? ਤੁਸੀਂ ਤਾਂ ਕਿਤੇ ਹੋਰ ਅੱਗੇ ਨਾ ਵੱਧ ਜਾਓ, ਇਸੇ ਵੀ ਫਿਰ ਪਿਆਰਾਂ ਦਾ ਹੀ ਮਤ ਬਲਗਾ ਸਾਡਾ ਵੀ ਐਵੇਂ ਨਹੀਂ ਪੈਸੇ ਦਿੰਦੇ,
ਐਵੇਂ ਨਹੀਂ ਮਤਬਲ ਕੱਢ ਕੇ ਦਿੰਦੇ ਅਗਲੇ ਦਾ ਵੀ ਪਿਆਰ ਹੀ ਖੇਡਣ ਜਾਂਦੇ। ਕੋਈ ਵੀ ਕੰਮ ਕਰਵਾਇਆ ਨਾ ਮੈਂ ਫ੍ਰੀ ਚ ਨਹੀਂ ਕਰਵਾਇਆ ਹੈਗਾ, ਸਮਝ ਗਿਆ ਨਾ, ਇੱਕ ਗੱਲ ਧਿਆਨ ਚ ਰੱਖਿਓ, ਉਹਦੀ ਕੀਮਤ ਤੁਹਾਨੂੰ ਦਿੱਤੀ ਹੈਗੀ। ਕੋਈ ਕੀਮਤ ਨਹੀਂ ਅਜੇ ਤਾਈਂ ਦਿੱਤੀ, ਕੀਮਤ ਲੈ ਕੇ ਅਡੂਆ ਪ੍ਰਾਹੁਣਾ ਬਸ ਤੁਸੀਂ ਜਾਓ, ਠੀਕ ਆ ਨਾ, ਮੇਰੇ ਸਾਹਮਣੇ ਨਾ ਬੈਠੋ, ਇੱਥੇ ਹੀ ਬੈਠਿਆ ਕਰੂੰ, ਇੱਥੇ ਮੈਂ ਜਾਂਦਾ ਹੀ ਨਹੀਂ, ਇੱਥੇ ਹੀ ਰਹੂੰ, ਤੂੰ ਕੱਢ ਕੇ ਦਿਖਾਈ ਮੈਨੂੰ ਕਰੋ। ਕੋਈ ਗੱਲ ਨਹੀਂ, ਉਹ ਤਾਂ ਨਾ ਪ੍ਰਾਹੁਣਾ ਬਣ ਕੇ ਦਿਖਾਉਂ। ਬਾਲਾ ਨਾ ਤੁਸੀਂ ਹਾਂ ਯਾਤਰ ਜੀ ਚਲਾਓ ਮੇਰੇ ਤੇ। ਆਤੜ ਜੀ ਤੂੰ ਵੀ ਨਾ ਚਲਾ ਫਿਰ, ਜਾਣਦੀ ਆ ਮੈਂ ਬੰਦਾ ਕਿੱਥੋਂ ਆ, ਬਾਹਰੋਂ ਕਿਹੜੇ ਪਿੰਡਾਂ ਚੋਂ ਆ, ਪਤਾ ਮੈਨੂੰ ਕਿਹੜੇ ਪਿੰਡਾਂ ਚੋਂ ਆ, ਕਿਹੜੇ ਸ਼ਹਿਰ ਚੋਂ ਤੁਸੀਂ ਸਭ ਤੋਂ। ਇਹ ਤਾਂ ਨਾ ਚੱਕ ਕੇ ਲੈ ਜਾਂਦੇ ਨੇ ਤੇਰੇ ਵਰਗੇ ਗੱਡੀਆਂ ਦੇ ਰਾਤਾਂ ਨੂੰ ਜਿੰਦਗੀ ਭਰ ਸੋਚੀ ਵੀ ਨੀ ਹੋਣੀ, ਜਿੱਥੋਂ ਨਿਕਲਿਆ ਉੱਥੇ ਵਾਰ ਦੇ ਮੇਰਾ ਨਾਮ ਸੋਨੀ।